ਹਾਲ ਨਹੀਂ ਇਹਦਾ ਤੇ ਬਾਜ਼ਾਰ ਦੇ ਵਿੱਚ ਗਜ਼ਾ ਕਰ ਰਿਹਾ ਉਧਰ ਬਾਦਸ਼ਾਹ ਆ ਗਿਆ 10 15 20 ਵਜ਼ੀਰ ਉਹਦੇ ਨਾਲ ਸੈਰ ਕਰਦਾ ਕਰਦਾ ਜਦ ਫਕੀਰ ਵਾਲ ਦੇਖਿਆ ਤੇ ਕਹਿੰਦਾ ਆਪਣੇ ਵਜ਼ੀਰ ਨੂੰ ਕਹਿੰਦਾ ਜਾ ਉਸ ਬਾਬੇ ਦੀ ਜਾ ਕੇ ਕਹਿ ਦੇ ਤੇਰੇ ਹਾਲਾਤ ਵੇਖ ਕੇ ਤੇਰੀ ਗਰੀਬੀ ਵੇਖ ਕੇ ਤੇਰੇ ਤੇ ਤਰਸ ਆ ਗਿਆ ਤੇ ਉਹਨੂੰ ਕਹਿ ਦੇ ਜਾ ਕੇ ਜਾ ਤੇਰੀ ਗਰੀਬੀ ਮੈਂ ਵੀ ਨਹੀਂ ਜਬਦ ਨਿਕਲ ਹੋਣ ਤੋਂ ਬਾਅਦ ਵਜ਼ੀਰ ਪੰਜਾ ਪੰਜਾ ਗਿਆ ਜਾ ਕੇ ਕਹਿੰਦਾ ਬਾਬਾ ਤੇਰੇ ਤੇ ਪਾਪ ਖੁੱਲ ਗਏ ਨੇ ਸਾਡੇ ਬਾਦਸ਼ਾਹ ਨੂੰ ਤੇਰੇ ਤੇ ਰਹਿਮ ਆ ਗਿਆ ਤਰਸ ਆ ਗਿਆ ਤੇ ਉਹ ਕਹਿੰਦਾ ਤੇਰੀ ਗਰੀਬੀ ਮੈਂ ਵੀ ਨਹੀਂ ਜਬਦ ਬਾਬੇ ਨੇ ਗੱਲ ਸੁਣ ਕੇ ਕਹਿੰਦਾ ਜਾ ਆਪਣੇ ਬਾਦਸ਼ਾਹ ਨੂੰ ਜਾ ਕੇ ਕਹਿ ਦੇ ਤੇਰੀ ਬਾਦਸ਼ਾਹੀ ਤੈਨੂੰ ਮੁਬਾਰਕ ਮੈਂ ਗਰੀਬੀ ਤੇ ਰਾਜ਼ੀ ਹਾਂ ਤੇਰੀ ਬਾਦਸ਼ਾਹੀ ਤੈਨੂੰ ਮੁਬਾਰਕ ਮੈਂ ਗਰੀਬੀ ਤੇ ਰਾਜ਼ੀ ਹਾਂ ਉਹ ਵਜ਼ੀਰ ਕਹਿੰਦਾ ਬਾਬਾ ਸਿਰ ਕਲਮ ਤੇਰਾ ਵੀ ਹੋ ਜਾਣਾ ਤੇ ਮੇਰਾ ਵੀ ਹੋ ਜਾਣਾ ਸਾਡੇ ਬਾਦਸ਼ਾਹ ਨੂੰ ਨਾ ਸੁਣਨ ਦੀ ਆਦਤ ਨਹੀਂ ਹੈ ਇਹਨੀ ਗੱਲ ਕਹਿਣੀ ਤੇ ਆਪ ਜਾ ਕੇ ਕਹਿ ਦੇ ਬਾਬਾ ਜਾ ਕੇ ਕਹਿੰਦਾ ਬਾਦਸ਼ਾਹ ਤੇਰੀ ਬਾਦਸ਼ਾਹੀ ਤੈਨੂੰ ਮੁਬਾਰਕ ਅੱਲਾ ਤੇਰੇ ਤੇ ਹੋਰ ਕਰਮ ਕਰੇ ਮੈਂ ਫਕੀਰੀ ਚ ਚੰਗਾ ਵਾ ਤੇ ਬਾਦਸ਼ਾਹ ਤਕਬਰ ਵਿੱਚ ਆ ਕੇ ਕਹਿੰਦਾ ਬਾਬਾ ਤੂੰ ਰਹਿ ਗਿਆ ਨਾ ਬਾਬੇ ਦਾ ਬਾਬਾ ਜੀ ਕਿ ਬਾਬਾ ਤੂੰ ਰਹਿ ਗਿਆ ਬਾਬੇ ਦਾ ਬਾਬਾ ਜੀ ਅੱਜ ਬਾਦਸ਼ਾਹ ਬੜਾ ਮਿਹਰਬਾਨੀ ਮੰਗ ਲਾ ਮੇਰੇ ਤੋਂ ਕੁਝ ਮੰਗ ਤੇ ਬਾਬਾ ਕਹਿੰਦਾ ਮੈਨੂੰ ਕੁਝ ਨਹੀਂ ਚਾਹੀਦਾ ਤੇ ਬਾਬਾ ਕਹਿੰਦਾ ਮੈਨੂੰ ਕੁਝ ਨਹੀਂ ਚਾਹੀਦਾ ਬਾਦਸ਼ਾਹ ਨੇ ਬੜੀ ਜ਼ਿੱਦ ਕੀਤੀ ਆਪਣੇ ਤਕਬਰ ਵਿੱਚ ਆਇਆ ਕਹਿੰਦਾ ਬਾਦਸ਼ਾਹ ਮੈਨੂੰ ਕੁਝ ਨਹੀਂ ਚਾਹੀਦਾ ਜੇ ਦੇਣਾ ਤੇ ਮੇਰਾ ਛੋਟਾ ਜਿਹਾ ਕਾਸਾ ਇਹਨੂੰ ਭਰ ਦੇ ਜੀਬ ਵਿੱਚ ਛੱਲੇ ਮੁੰਦੀਆਂ ਗਾਨੀਆਂ ਜੋ ਕੁਝ ਪਾਈਆਂ ਸੀ ਲਾ ਕੇ ਕਾਸੇ 'ਚ ਪਾ ਦਿੱਤੀਆਂ ਕਾਸਾ ਨਹੀਂ ਭਰਿਆ ਜਿਹੜੇ ਨਾਲ ਵਜ਼ੀਰ ਸੀ ਕਹਿੰਦਾ ਜਿਹਦੇ ਕੋਲ ਜੋ ਕੁਝ ਹੈਗਾ ਦੇ ਦਿਓ ਸਾਰਾ ਕੁਝ ਪਾਇਆ ਕਾਸਾ ਨਹੀਂ ਭਰਿਆ ਕਹਿੰਦਾ ਜਾ ਬਾਈ ਪੰਜ ਘੜੇ ਖਜ਼ਾਨੇ 'ਚ ਸ਼ਰਫੀਆਂ 'ਤੇ ਭਰ ਕੇ ਲੈ ਕੇ ਆਓ ਬਾਬੇ ਦਾ ਥੋੜ੍ਹੀਆਂ ਜਿਹੀਆਂ ਸ਼ਰਫੀਆਂ ਨਾਲ ਕਾਸਾ ਭਰ ਜਾਣਾ ਬਾਬੇ ਨੂੰ ਪਤਾ ਲੱਗੇ ਕਿ ਬਾਦਸ਼ਾਹ ਨਾਲ ਗੱਲ ਆ ਉਹ ਪੰਜ ਘੜੇ ਵੀ ਪੈ ਗਏ ਕਾਸਾ ਨਹੀਂ ਭਰਿਆ ਜਿਹੜੇ ਨਾਲ ਵਜ਼ੀਰ ਸੀ ਇੱਕ ਥੋੜ੍ਹਾ ਸਿਆਣਾ ਵਜ਼ੀਰ ਸੀ ਇਹਦਾ ਬਾਦਸ਼ਾਹ ਅਕਲ ਨੂੰ ਟਿਕਾਣੇ ਰੱਖ ਕੇ ਗੱਲ ਕਰ ਇਹ ਫਕੀਰ ਉਹ ਨੇ ਜਿਹੜੇ ਬਾਦਸ਼ਾਹਾਂ ਤੋਂ ਮੰਗਣ ਵਾਲੇ ਬਣਾ ਦਿੰਦੇ ਤੇ ਮੰਗਣ ਵਾਲਿਆਂ ਤੋਂ ਬਾਦਸ਼ਾਹ ਬਣਾ ਦਿੰਦੇ ਬਾਦਸ਼ਾਹ ਬਾਦਸ਼ਾਹ ਆਪਣੀ ਕੁਰਸੀ ਤੋਂ ਉਤਰ ਗਏ ਤੇ ਫਕੀਰ ਦੇ ਕਦਮਾਂ ਦੇ ਵਿੱਚ ਕਹਿੰਦਾ ਬਾਬਾ ਮੈਨੂੰ ਮਾਫ਼ ਕਰ ਦੇ ਕਹਿੰਦਾ ਬਾਦਸ਼ਾਹ ਅਜੇ ਤਾਂ ਮੈਂ ਕੁਝ ਮੰਗਿਆ ਹੀ ਨਹੀਂ ਤੇ ਤੂੰ ਪਹਿਲਾਂ ਪੈਰਾਂ 'ਚ ਆ ਗਿਆ ਜੇ ਮੈਂ ਕੁਝ ਮੰਗ ਲੈਂਦਾ ਤੇਰਾ ਕੀ ਹਾਲ ਹੋਣਾ ਸੀ ਮੇਰੀ ਗੱਲ ਹੋਣ ਤੋਂ ਬਾਅਦ ਜਿਹੜਾ ਸਰਕਾਰ ਰਹਿਮ ਅੱਲਾ ਦੇ ਜਿਹੜੇ ਵਲੀ ਹੁੰਦੇ ਨੇ ਰਹਿਮ ਕਰਦੇ ਨੇ ਜਿਹੜਾ ਬਾਦਸ਼ਾਹ ਮੇਰਾ ਕਾਸਾ ਲੈ ਜਾ ਆਪਣੇ ਖਜ਼ਾਨੇ 'ਚ ਜਾ ਕੇ ਪਲਟ ਦੇ ਜਿੰਨਾ ਤੇਰਾ ਮਾਲ ਆ ਤੇਰਾ ਮਾਲ ਦੁੱਗਣਾ ਹੋ ਜਾਊਗਾ ਸਾਨੂੰ ਤੂੰ ਕੀ ਦੇਣਾ ਤੇਰੇ ਵਰਗੇ ਤੇ ਸਾਡੇ ਤੋਂ ਮੰਗ ਲਈ ਕਹਿੰਦਾ ਬਾਬਾ ਮੈਂ ਤੇਰੇ ਹਾਲਾਤ ਵੱਲ ਵੇਖ ਤੇਰੀ ਦਾੜੀ ਵਿੱਚ ਮਿੱਟੀ ਫਸੀ ਆ ਹੱਥ ਵਿੱਚ ਕਾਸਾ ਫਟੇ ਪੁਰਾਣੇ ਕੱਪੜੇ ਪਾਏ ਮੈਂ ਤੇਰੇ ਹਾਲਾਤ ਵੇਖ ਕੇ ਉਹਦੇ ਕਿਸੇ ਆਸ਼ਕ ਨੇ ਕਿਹਾ ਮੱਥਾ ਕੱਲੇ ਲਾ ਫਕੀਰਾ ਰੰਗ ਲਾਈਏ ਔਰਤ ਦਾ ਵਿਆਹ ਹੋਇਆ ਵਿਆਹ ਹੋਇਆ ਤੇ ਈਦ ਦਾ ਦਿਨ
ਇਹਦਾ ਦਿਨ ਆ ਕੇ ਕਿਸੇ ਨੇ ਖੈਰਾਤ ਮੰਗੀ ਦਰਵਾਜ਼ਾ ਖਟਖਟਾਇਆ ਦਰਵਾਜ਼ਾ ਖਟਖਟਾਇਆ ਤੇ ਉਹ ਆਪਣੇ ਘਰ ਵਾਲੇ ਨੂੰ ਕਹਿੰਦਾ ਚੱਲ ਅੱਜ ਬੜਾ ਮੁਬਾਰਕ ਦਿਨ ਆ ਤੇ ਖੈਰ ਤੂੰ ਦੇ ਗਿਆ ਉਹ ਜਦ ਖੈਰ ਦੇਣ ਗਈ ਤੇ ਉਹਦੀ ਜ਼ੋਰ ਨਾਲ ਚੀਕ ਨਿਕਲੀ ਤੇ ਦਰਵਾਜ਼ੇ 'ਚ ਡਿੱਗ ਪਈ ਭੱਜ ਕੇ ਗਿਆ ਉਹਦੇ ਨੇ ਖੈਰ ਲੈਣੀ ਸੀ ਉਹ ਤੇ ਚਲਾ ਗਿਆ ਉਹਨੇ ਪਾਣੀ ਪੂਣੀ ਦੇ ਛਿੱਟੇ ਮਾਰੇ ਤੇ ਉਹਨੂੰ ਪੁੱਛਿਆ ਕਿ ਐਸਾ ਮਸਲਾ ਕੀ ਹੋਇਆ ਤੂੰ ਮੰਗਣ ਵਾਲਾ ਆਇਆ ਤੇ ਤੇਰੀ ਹਾਏ ਨਿਕਲ ਕੇ ਤੂੰ ਬੇਹੋਸ਼ ਹੋ ਗਈ ਕਹਿੰਦੇ ਮਾਲਕ ਜੀ ਤੁਹਾਨੂੰ ਪਤਾ ਨਾ ਕਿ ਤੁਹਾਡੇ ਵਿਆਹ ਹੋਣ ਤੋਂ ਪਹਿਲਾਂ ਮੈਂ ਕਿਤੇ ਹੋਰ ਵਿਆਹ ਹੀ ਸੀ ਕੀ ਹੋ ਇਨਸਾਨ ਅੱਛਾ ਇਹ ਕਿਹੜਾ ਇਨਸਾਨ ਸੀ ਜਿਹੜਾ ਮੌਕੇ ਤੇ ਕੁਝ ਵੀ ਕਰ ਸਕਦਾ ਆਪਣੇ ਆਪ ਨੂੰ ਬਾਦਸ਼ਾਹ ਕਹਾਉਂਦਾ ਸੀ ਇਸੇ ਤਰ੍ਹਾਂ ਈਦ ਦਾ ਦਿਨ ਸੀ ਕੋਈ ਮੰਗਣ ਵਾਲਾ ਆ ਗਿਆ ਤੇ ਇਹਨੇ ਉਹਨੂੰ ਧੱਕੇ ਮਾਰੇ ਇੱਕ ਸਾਲ ਨਹੀਂ ਹੋਇਆ ਤੇ ਅੱਜ ਦੀ ਇਹ ਹਾਲਤ ਹੋ ਗਈ ਤੇ ਉਹਨੇ ਕਿਹਾ ਜਿਹਨੂੰ ਧੱਕੇ ਮਾਰ ਕੇ ਫਕੀਰ ਨੂੰ ਕੱਢਿਆ ਸੀ ਉਹ ਮੈਂ ਹੀ ਖੁਦ ਹੀ ਤਕੱਬਰ ਜਿਹੜੀ ਹੈ ਇਹ ਫਨਾ ਕਰ ਦੇਣੀ ਤੇ ਕੋਈ ਵੀ ਮੰਗਣ ਵਾਲਾ ਫਕੀਰ ਆ ਜਾਏ ਆਪਣੇ ਅੱਲਾ ਨੂੰ ਆਪਣੇ ਮੁਰਸ਼ਦ ਨੂੰ ਆਪਣੇ ਰਹਿਬਰ ਨੂੰ ਆਪਣੇ ਮਾਲਕ ਨੂੰ ਆਪਣੀ ਮਾਂ ਨੂੰ ਮੱਦੇਨਜ਼ਰ ਰੱਖ ਕੇ ਖੈਰ ਦਿਆ ਕਰੋ ਤੇ ਕਿਉਂ ਇਹਨਾਂ ਫਕੀਰਾਂ ਨੂੰ ਕਦੇ ਨਾ ਸਤਾਈਏ ਬਾਦਸ਼ਾਹ ਫਿਰ ਇੱਕ ਸਵਾਲ ਕਰਦਾ ਫਕੀਰ ਦੇ ਅੱਗੇ ਕਹਿੰਦਾ ਬਾਬਾ ਬੜਾ ਬਾਕਮਾਲ ਫਕੀਰ ਆ ਤੂੰ ਕਿੱਥੇ ਰਹਿਣਾ ਬਾਬਾ ਕਿੱਥੇ ਰਹਿਣਾ ਤੇ ਬਾਬੇ ਦਾ ਸਵਾਲ ਕੋਈ ਘਰ ਮਕਾਨ ਪਤਾ ਟਿਕਾਣਾ ਨਹੀਂ ਦੱਸਿਆ ਕਹਿੰਦਾ ਕਿੱਥੇ ਰਹਿਣਾ ਮੈਂ ਆਪਣੇ ਯਾਰ ਦੀ ਰਜਾ ਮੈਂ ਆਪਣੇ ਯਾਰ ਦੀ ਰਜਾ 'ਚ ਰਹਿਣਾ ਵਾ ਇਹ ਮਕਾਨ ਇੱਥੇ ਦੀਆਂ ਗੱਲਾਂ ਰਜਾ ਉੱਥੇ ਦੀਆਂ ਗੱਲਾਂ ਮੈਂ ਯਾਰ ਦੀ ਰਜਾ 'ਚ ਰਹਿਣਾ ਕਹਿੰਦਾ ਬਾਬਾ ਮੇਰੇ ਕੋਲ ਆ ਜਾ ਤੈਨੂੰ ਪੱਕੀ ਇੱਕ ਕੁੱਲੀ ਬਣਾ ਦੇਣਾ ਤੂੰ ਕੱਖਾਂ ਦੀਆਂ ਕੁੱਲੀਆਂ 'ਚ ਗੁਜ਼ਾਰਾ ਕਰਦਾ ਤੇ ਬਾਬਾ ਕਹਿੰਦਾ ਲਿਖੀ ਸਾਡੇ ਆ ਨਸੀਬਾਂ ਵਿੱਚ